ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਅਗਲੇ 2 ਦਿਨਾਂ ਤੱਕ ਇਹਨਾਂ ਥਾਵਾਂ ਤੇ ਚੜ ਕੇ ਆ ਰਿਹਾ ਭਾਰੀ ਮੀਂਹ ਪੂਰੀ ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਭਾਰਤ ਮੌਸਮ ਵਿਭਾਗ ਨੇ ਦਿੱਲੀ ਨੋਇਡਾ ਗ੍ਰੇਟ ਨੋਇਡਾ ਗਾਜ਼ੀਆਬਾਦ ਇੰਦਰਪੁਰਮ ਸ਼ਪਰੋਲਾ ਦਾਦਰੀ ਬੁਲੰਦਸ਼ਹਿਰ ਸਕੰਦਰਾਬਾਦ ਖੁਰਜਾ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਹਲਕੀ بارش ਦੀ ਭਵਿੱਖਬਾਣੀ ਕੀਤੀ ਹੈ ਦੱਸਦੀ ਹੈ ਜ਼ਿਆਦਾਤਰ ਸੂਬਿਆਂ ਦੇ ਵਿੱਚ ਮਾਨਸੂਨੀ بارش ਤੋਂ ਭਿੱਜੇ ਰਹੇ ਹਨ ਪਰ ਉੱਤਰ ਭਾਰਤ ਦੇ ਲੋਕਾਂ ਨੂੰ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਇੱਕ ਪਾਸੇ ਬਿਹਾਰ ਪੱਛਮੀ ਬੰਗਾਲ ਓਡੀਸ਼ਾ ਝਾਰਖੰਡ ਸਣੇ ਹੋਰ ਭਾਗਾਂ ਦੇ ਵਿੱਚ ਜਿੱਥੇ بارش ਨਾਲ ਮਾਨਸੂਨ ਐਕਟਿਵ ਹੈ ਉੱਥੇ ਹੀ ਦਿੱਲੀ NCR ਦੇ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦਿੱਲੀ ਵਾਸੀਆਂ ਨੂੰ ਅੱਜ ਗਰਮੀ ਤੋਂ ਰਾਹਤ ਇੱਕ ਹਫ਼ਤੇ ਤੱਕ ਨਹੀਂ ਮਿਲੇਗੀ ਮੌਸਮ ਵਿਭਾਗ ਦੀ ਮੰਨੀਅਤ ਅਨੁਸਾਰ 26 ਅਤੇ 27 ਜੂਨ ਤੱਕ ਦਿੱਲੀ ਤੋਂ ਬਾਹਰ ਚ ਹੋ ਸਕਦੀ ਆ ਦੋਸਤੋ ਜੇਕਰ ਦਿੱਲੀ ਦੇ ਵਿੱਚ ਮੌਨਸੂਨ 26 ਅਤੇ 27 ਨੂੰ ਪਹੁੰਚ ਰਿਹਾ ਤਾਂ ਪੰਜਾਬ ਦੇ ਵਿੱਚ ਦੋ ਦਿਨ ਲੇਟ ਯਾਨੀ ਕਿ 28 ਜਾਂ 29 ਤਰੀਕ ਤੱਕ ਦਾਖਲ ਹੋਵੇਗਾ ਭਾਰੀ ਮੀਂਹ ਪੈ ਸਕਦਾ ਹੈ ਮੌਨਸੂਨ ਦੇ ਆਉਣ ਨਾਲ ਹਰਿਆਣਾ ਉੱਤਰੀ ਰਾਜਸਥਾਨ ਨੂੰ ਵੀ ਇਸ ਦੀ ਪੁੱਠ ਲੱਗ ਸਕਦੀ ਹੈ ਜੀ ਇਹ ਜਿਹੜਾ ਮਾਨਸੂਨਾ ਉੱਥੇ ਵੀ ਮੀਂਹ ਪਾਵੇਗਾ ਸੋ ਆ ਜਿਹੜਾ ਹਫਤਾ ਯਾਨੀ ਕਿ ਅਗਲੇ 2-3 ਦਿਨ ਐਤ ਸੋਮਵਾਰ ਤੱਕ ਤੁਹਾਨੂੰ ਕਿਸੇ ਵੀ ਪਾਸਿਓਂ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਵੀ ਉਮੀਦ ਮੌਨਸੂਨ ਦੇ ਵੱਲੋਂ ਦਿਖਾਈ ਨਹੀਂ ਦੇ ਰਹੀ ਮੌਸਮ ਵਿਭਾਗ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਆ ਸੋ ਉੱਤਰ ਭਾਰਤ ਦੇ ਲੋਕਾਂ ਨੂੰ ਬੇਸਬਰੀ ਦਾ ਇੰਤਜ਼ਾਰ ਹੈ ਜੇਕਰ ਤੁਸੀਂ ਵੀ ਮਾਨਸੂਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਲਿਖੋ ਪਰ ਦੂਜੇ ਪਾਸੇ ਬਿਹਾਰ ਪੱਛਮੀ ਬੰਗਾਲ ਉੜੀਸਾ ਝਾਰਖੰਡ ਦੇ ਸਣੇ ਹੋਰ ਭਾਗਾਂ ਦੇ ਵਿੱਚ بارش ਨਾਲ ਮਾਨਸੂਨ ਐਕਟਿਵ ਅਜਿਥੇ ਭਾਰੀ ਮੀਂਹ ਪਾਰ ਰਿਹਾ ਧੰਨ